ਮਨਜੀਤ ਸਿੰਘ ਬੋਪਰਾਏ ਦੀ ਪੁਸਤਕ ਜੋਤਿਸ਼ ਝੂਠ ਬੋਲਦਾ ਹੈ ਦਾ ਅਗਲਾ ਭਾਗ ਹੈ ਸਮੱਸਿਆਵਾਂ ਦਾ ਸਮਾਧਾਨ ਜਦੋਂ ਜੋਤਿਸ਼ੀ ਕਿਸੇ ਵਿਅਕਤੀ ਦੀ ਜੰਤਰੀ ਮਤਲਬ ਟੇਵਾ ਦਾ ਅਧਿਐਨ ਕਰਦੇ ਹਨ ਤਾਂ ਬਹੁਤ ਹੀ ਗੰਭੀਰ ਪਵਿੱਖ ਪਾਣੀਆਂ ਕਰਦੇ ਹਨ ਅਕਸਰ ਉਹ ਕਹਿੰਦੇ ਹਨ ਕਿਉਂਕਿ ਮੰਗਲ ਤੇ ਸ਼ਨੀ ਉਹਨਾਂ ਦੀ ਰਾਸ਼ੀ ਵਿੱਚ ਹੀ ਲੰਗ ਰਹੇ ਹਨ ਜਿਸ ਕਰਕੇ ਸੇਤ ਜਨਤਾ ਨੂੰ ਦਾ ਨੁਕਸਾਨ ਹੋਏਗਾ ਜਾਂ ਤਲਾਕ ਹੋਏਗਾ ਜਾਂ ਫਿਰ ਮੌਤ ਵੀ ਹੋ ਸਕਦੀ ਹੈ ਇਹ ਤਾਂ ਚੰਗੀ ਫੀਸ ਲੈਣ ਵਾਸਤੇ ਆਪਣੇ ਗਾਕਾਂ ਦਾ ਦਿਮਾਗੀ ਸੰਤੁਲਨ ਅਸਥਿਰ ਕਰਨ ਵਾਸਤੇ ਇੱਕ ਕੋਜੀ ਚਾਲ ਹੁੰਦੀ ਹੈ ਡਰੇ ਤੇ ਸਹਿਮੀ ਹੋਏ ਗਾਕ ਜੋਤਸ਼ੀਆਂ ਨੂੰ ਇਸ ਅਨਸੱਦੇ ਕਸ਼ਟ ਦਾ ਉਪਾਅ ਕਰਨ ਲਈ ਤਰਲੇ ਪਾਉਂਦੇ ਹਨ ਤੇ ਜਦੋਂ ਗਾਕ ਚੰਗੀ ਫੀਸ ਦੇ ਦਿੰਦੇ ਹਨ ਤਾਂ ਆਪੇ ਪੈਦਾ ਕੀਤੀਆਂ ਹੋਈਆਂ ਸਭ ਸਮੱਸਿਆਵਾਂ ਹੱਲ ਹੋ ਜਾਂਦੀਆਂ ਹਨ ਅਸਲ ਵਿੱਚ ਸਮੱਸਿਆਵਾਂ ਦਾ ਸਬੰਧ ਗਾਕਾਂ ਦੇ ਨਾਲ ਨਹੀਂ ਜੋਤਸ਼ੀਆਂ ਦੇ ਨਾਲ ਹੁੰਦਾ ਹੈ ਸਮੱਸਿਆ ਗਾਕ ਦੀ ਨਹੀਂ ਜੋਤਸ਼ੀਆਂ ਦੀ ਹੁੰਦੀ ਹੈ ਜੋਤਸ਼ੀ ਇਹ ਚੰਗੀ ਤਰ੍ਹਾਂ ਜਾਣਦੇ ਆ ਕਿ ਜਿੰਨਾ ਵੱਧ ਕਿਸੇ ਗਾਕ ਨੂੰ ਉਹ ਡਰਾ ਲੈਣਗੇ ਤੇ ਭੰਬਲ ਪੂਸੇ ਚ ਪਾ ਦੇਣਗੇ ਓਨੀ ਵੱਧ ਫੀਸ ਉਹ ਦੇਵੇਗਾ ਅੰਗੂਠੀ ਵਿੱਚ ਸੋਨਾ ਚਾਂਦੀ ਹੀਰਾ ਮੂੰਗਾ ਨੀਲਮਦ ਪੈਨ ਨਾਲ ਸਮੱਸਿਆਵਾਂ ਦੇ ਹੱਲ ਲੱਭਣ ਦੀ ਵਕਾਲਤ ਕੀਤੀ ਜਾਂਦੀ ਹੈ ਦੇਖੋ ਹੋਰ ਅਣ ਸੁਲਝਾਈ ਸਮੱਸਿਆ ਹੈ ਕਿ ਇੱਕ ਛੋਟਾ ਜਿਹਾ ਪੱਥਰ ਜਾਂ ਧਾਤ ਦਾ ਟੁਕੜਾ ਐਡੇ ਵੱਡੇ ਗ੍ਰਹਿਾਂ ਵੱਲੋਂ ਪੈਦਾ ਕੀਤੀਆਂ ਗਈਆਂ ਸਮੱਸਿਆਵਾਂ ਦਾ ਕਿਵੇਂ ਇਲਾਜ ਕਰਦਾ ਹੈ ਵਿਰੋਧਾਪਾਸ ਤੇ ਅਨੰਤ ਮੂਰਖਤਾ ਜੋਤਸ਼ੀ ਇਹ ਦਾਵਾ ਕਰਦੇ ਹੋਏ ਕਿ ਟੇਵਾ ਤਿਆਰ ਕਰਦੇ ਸਮੇਂ 1 ਸੈਕਿੰਡ ਦਾ ਫਰਕ ਵੀ ਬਹੁਤ ਵੱਡਾ ਪ੍ਰਭਾਵ ਪਾਉਂਦਾ ਹੈ ਮੂਰਖਤਾ ਦੀਆਂ ਸਭ ਹੱਦਾਂ ਬਾਰ ਕਰ ਜਾਂਦੇ ਹਨ ਜਦੋਂ ਰੋਜ਼ਾਨਾ ਅਖਬਾਰਾਂ ਸਪਤਾਹਿਕ ਤੇ ਮਾਸਿਕ ਰਸਾਲਿਆਂ ਵਾਸਤੇ ਰਾਸ਼ੀ ਫਲ ਵਿੱਚ ਨਾ ਤਾਂ ਕਿਸੇ ਵਿਅਕਤੀ ਦੇ ਜਨਮ ਸਮੇਂ ਦਾ ਖਿਆਲ ਕੀਤਾ ਜਾਂਦਾ ਹੈ ਨਾ ਹੀ ਜਨਮ ਸਥਾਨ ਦਾ ਇਹ ਭਵਿੱਖਬਾਣੀਆਂ ਸਿਰਫ ਇੱਕ ਰਾਸ਼ੀ ਚਿੰਨ੍ਹ ਵਾਸਤੇ ਤਿਆਰ ਕੀਤੀਆਂ ਜਾਂਦੀਆਂ ਤੇ ਇਹਨਾਂ ਚ ਵਿਸ਼ੇਸ਼ ਰਾਸ਼ੀ ਵਾਲੇ ਸਾਰੇ ਵਿਅਕਤੀ ਸ਼ਾਮਲ ਹੁੰਦੇ ਆ ਦੂਜੇ ਸ਼ਬਦਾਂ ਚ 21 ਮਾਰਚ ਤੇ 18 ਅਪ੍ਰੈਲ ਦਰਮਿਆਨ ਪੈਦਾ ਹੋਈ ਸਾਰੇ ਹੀ ਵਿਅਕਤੀ ਇੱਕੋ ਹੀ ਤਰ੍ਹਾਂ ਦੇ ਭਵਿੱਖ ਵਾਲੇ ਸਮਝੇ ਜਾਂਦੇ ਹਨ ਆਓ ਆਪਾਂ ਥੋੜੀ ਗਹਿਰਾਈ ਨਾਲ ਇਹਨਾਂ ਰਾਸ਼ੀ ਫਲਾਂ ਦੀ ਛਾਣਬੀਨ ਕਰਕੇ ਵੇਖੀਏ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਹਨਾਂ ਰੋਜ਼ਾਨਾ ਦੇ ਰਾਸ਼ੀ ਫਲਾਂ ਵਿੱਚ ਦਰਜ ਕੀਤੀਆਂ ਭਵਿੱਖ ਬਾਣੀਆਂ ਇੱਕੋ ਰਾਸ਼ੀ 'ਚ ਜੰਮੇ ਹਰ ਵਿਅਕਤੀ ਨਾਲ ਵਾਪਰਨੀਆ ਅਸੰਭਵ ਹਨ। ਦੂਜੀ ਗੱਲ ਕਿ ਹਫ਼ਤਾਵਾਰੀ ਤਾਂ ਅਤੇ ਮਾਸਿਕ ਰਾਸ਼ੀ ਫਲਾਂ ਵਿੱਚ ਵਾਪਰਨ ਲਈ ਦਰਸਾਈਆਂ ਗਈਆਂ ਘਟਨਾਵਾਂ ਹਰ ਰੋਜ਼ ਨਹੀਂ ਵਾਪਰ ਸਕਦੀਆਂ। ਘਟਨਾ ਵਾਪਰਨ ਦੇ ਬਾਅਦ ਇਹਨਾਂ ਰਾਸ਼ੀ ਫਲਾਂ 'ਚ ਬਿਆਨ ਕੀਤੀਆਂ ਭਵਿੱਖ ਬਾਣੀਆਂ ਨੂੰ ਟੁਕਮੇ ਢੰਗ ਨਾਲ ਬਿਆਨਿਆ ਜਾ ਸਕਦਾ ਹੈ। ਇਹ ਤੀਜੀ ਗੱਲ ਬਿਨਾ ਕਿਸੇ ਰਾਸ਼ੀ ਚਿੰਨ੍ਹ ਦਾ ਖਿਆਲ ਕੀਤਿਆਂ ਜੇ ਭਵਿੱਖ ਬਾਣੀਆਂ ਦੇ 12 ਬਿਰਤਾਂਤ ਇਹਨਾਂ ਵਿਸ਼ੇਸ਼ ਦਿਨਾਂ ਵਾਸਤੇ ਨਹੀਂ ਸਗੋਂ ਹਰ ਵਿਅਕਤੀ ਲਈ ਹਰ ਰੋਜ਼ ਹੀ ਟੁਕਵੇਂ ਸਮਝੇ ਜਾ ਸਕਦੇ ਆ ਤੇ ਜੋ ਜੋਤਸ਼ੀਆਂ ਦੇ ਕੋਲ ਸਿਰਫ ਮੁੱਠੀ ਭਰ ਸ਼ਬਦ ਸ਼ਬਦਾਵਲੀ ਹੁੰਦੀ ਹੈ ਜਿਹਦੀ ਵਰਤੋਂ ਵੱਖ-ਵੱਖਰੇ ਸਮਿਆਂ ਲਈ ਅਲੱਗ-ਅਲੱਗ ਰਾਸ਼ੀ ਚਿੰਨ੍ਹਾਂ ਵਾਸਤੇ ਭਵਿੱਖ ਬਾਣੀਆਂ ਕਰਨ ਲਈ ਵਰਤਦੇ ਆ ਭੋਲੇ-ਭਾਲੇ ਲੋਕ ਜੋ ਰਾਸ਼ੀ ਫਲਾਂ ਨੂੰ ਪੜ੍ਹਦੇ ਆ ਸਿਰਫ ਆਪਣੀ ਰਾਸ਼ੀ ਨੂੰ ਪੜ੍ਹਦੇ ਆ ਜੇ ਕੋਈ ਵੀ ਪਾਰਕ ਹੋਏ ਨਾ ਰਾਸ਼ੀ ਫਲਾਂ ਨੂੰ ਸਮੁੱਚੇ ਰੂਪ ਚ ਪੰਜ ਸੱਤ ਵਾਰੀ ਪੜੇ ਤਾਂ ਉਹ ਇਹਨਾਂ ਸਭ ਰਾਸ਼ੀ ਫਲਾਂ ਚ ਇਸਤੇਮਾਲ ਕੀਤੀ ਗਈ ਥੋੜੀ ਜੀ ਸ਼ਬਦਾਵਲੀ ਨੂੰ ਹੀ ਵਰਤਿਆ ਹੋਇਆ ਪਾਪ ਸਕਦਾ ਹੈ ਉਦਾਹਰਨ ਦੇ ਤੌਰ ਤੇ ਅਸੀਂ ਨੋਟ ਕਰ ਸਕਦੇ ਹਾਂ ਤੁਸੀਂ ਨਵੇਂ ਲੋਕਾਂ ਨੂੰ ਮਿਲੋਗੇ ਤੁਹਾਡਾ ਗੁੱਸਾ ਤੁਹਾਡੇ ਪਤੀ ਪਤਨੀ ਨਾਲ ਸਬੰਧ ਵਿਗਾੜ ਸਕਦਾ ਹੈ ਤੁਹਾਡਾ مالی ਨੁਕਸਾਨ ਹੋਏਗਾ ਤੁਹਾਨੂੰ ਆਰਥਿਕ ਲਾਭ ਹੋਏਗਾ ਤੁਸੀਂ ਮੁਟਿਆਰਾਂ ਚਿੱਤਰਕਲਾ ਕੁਦਰਤੀ ਨਜ਼ਾਰਿਆਂ ਦੀ ਸੁੰਦਰਤਾ ਨੂੰ ਪਿਆਰ ਕਰਦੇ ਹੋ ਅੱਜ ਦਾ ਦਿਨ ਜਾਂ ਇੱਕ ਹਫਤਾ ਤੁਹਾਡੇ ਲਈ ਸ਼ੁਭ ਹੋਏਗਾ ਸਫਰ ਉਤਸ਼ਾਹਜਨਕ ਸਾਬਿਤ ਹੋਏਗਾ ਦੋ ਚਿੱਤੀ ਉਲਝਣਾ ਪੈਦਾ ਕਰ ਸਕਦੀ ਹੈ ਇਹ ਕੁਝ ਗੱਲਾਂ ਜਿਹੜੀਆਂ ਕਿਸੇ ਲਈ ਵੀ ਵਰਤੀਆਂ ਜਾ ਸਕਦੀਆਂ ਇਹ ਘਟਨਾਵਾਂ ਹਰ ਰੋਜ਼ ਸਾਡੀ ਜ਼ਿੰਦਗੀ ਚ ਵਾਪਰਦੀਆਂ ਵੀ ਹਨ ਇਹਨਾਂ ਵਰਤਾਰਿਆਂ ਚ ਕੋਈ ਵੀ ਗੰਭੀਰ ਗੱਲ ਨਹੀਂ ਹੈ ਕਿ ਲੋਕੀ ਮਰਦੇ ਐ ਹਾਦਸਿਆਂ ਦਾ ਸ਼ਿਕਾਰ ਹੁੰਦੇ ਐ ਵਿਆਹ ਰਚਾਉਂਦੇ ਐ ਤਲਾਕ ਹੁੰਦੇ ਆ ਬੱਚੇ ਜਨਮ ਲੈਂਦੇ ਆ ਇਹਨਾਂ ਰਾਸ਼ੀ ਫਲਾਂ 'ਚ ਮਹੱਤਵਪੂਰਨ ਘਟਨਾਵਾਂ ਦਰਜ ਨਹੀਂ ਕੀਤੀਆਂ ਹੁੰਦੀਆਂ ਕਿਉਂਕਿ ਉਹਨਾਂ ਦੀ ਆਪਣੀ ਵਿਲੱਖਣਤਾ ਹੁੰਦੀ ਹੈ ਤੇ ਘਟਨਾ ਵਾਪਰ ਜਾਣ ਮਗਰੋਂ ਉਹਨੂੰ ਆਪਣੀ ਮਨਮਰਜ਼ੀ ਮੁਤਾਬਕ ਪੇਸ਼ ਨਹੀਂ ਕੀਤਾ ਜਾ ਸਕਦਾ ਚੌਥੀ ਗੱਲ ਕਈ ਰਾਸ਼ੀ ਫਲ ਇੱਕੋ ਰਾਸ਼ੀ ਦੇ ਵਿਅਕਤੀ ਵਾਸਤੇ ਵੱਖੋ-ਵੱਖਰੀਆਂ ਤਰੀਕਾਂ ਦਰਸਾਉਂਦੇ ਆ ਇੱਕ ਰਾਸ਼ੀਵਾਲ ਮੁਤਾਬਕ ਤੁਸੀਂ ਮੱਕਰ ਦੁਜੀ ਰਾਸ਼ੀਵਲ ਤੁਹਾਨੂੰ ਧਨ ਰਾਸ਼ੀ ਦਾ ਦੱਸਦੀ ਹੈ ਕਿਸੇ ਰਾਸ਼ੀਵਲ ਚ ਤੁਸੀਂ ਕਰਕ ਹੋ ਤੇ ਦੂਜੀ ਚ ਤੁਹਾਨੂੰ ਸਿੰਘ ਮੰਨਿਆ ਜਾਂਦਾ ਹੈ ਇਤਿਆਦੀ ਤੇ ਪਿਛਲੇ ਪੰਨਿਆਂ ਚ ਵਰਣਨ ਕੀਤੇ ਗਏ ਅਸਲੀ ਰਾਸ਼ੀ ਚੱਕਰ ਨਾਲੋਂ ਇਹ ਬਹੁਤ ਹੀ ਵੱਖਰਾ ਹੈ ਇਹ ਸਾਰੀ ਗੱਲ ਹੇਠ ਲਿਖੀ ਸਾਰਣੀ ਤੋਂ ਸਪਸ਼ਟ ਹੋ ਸਕਦੀ ਹੈ ਦੈਨਿਕ ਅਖਬਾਰ ਨਾਰਦਰਨ ਸਟਾਰ ਸਪਟਾਹਿਕ ਰਸਾਲਾ ਵੁਮਨਸ ਡੇ ਮੇਕ ਮਾਰਚ 1 ਅਪ੍ਰੈਲ ਤੋਂ 19 ਅਪ੍ਰੈਲ ਵੂਮਨਸ ਡੇ ਕੇਹ ਰਿਹਾ ਮਾਰਚ 20 ਤੋਂ ਅਪ੍ਰੈਲ 20 ਬਿਰਖ ਅਪ੍ਰੈਲ 10 ਤੋਂ ਮਈ 20 ਵੂਮਨਸ ਡੇ ਅਨੁਸਾਰ ਅਪ੍ਰੈਲ 21 ਤੋਂ ਮਈ 21 ਮਿਥੁਨ ਮਈ 20 ਜੂਨ ਤੋਂ 21 ਮਈ 22 ਜੂਨ ਤੋਂ 21 ਕਰਕ ਜੂਨ 22 ਜੁਲਾਈ 22 ਇਹਦਰ ਜੂਨ 22 ਜੁਲਾਈ 22 ਸਿੰਘ ਜੁਲਾਈ 23 ਅਗਸਤ 22 ਜੁਲਾਈ 24 ਅਗਸਤ 23 ਕੰਨਿਆ ਨਾਰਥਰਨ ਸਟਾਰ ਵੱਲੋਂ ਅਗਸਤ 23 ਸਤੰਬਰ 22 ਇਧਰ ਅਗਸਤ 24 ਸਤੰਬਰ 23 ਤੁਲਾ ਸਤੰਬਰ 23 ਅਕਤੂਬਰ 23 ਤੇ ਇਧਰ ਸਤੰਬਰ 24 ਅਕਤੂਬਰ 23 ਬ੍ਰਿਸ਼ਚਕ ਅਕਤੂਬਰ 24 ਨਵੰਬਰ 21 ਅਕਤੂਬਰ 24 ਨਵੰਬਰ 22 ਤਨ ਨਵੰਬਰ 22 ਦਸੰਬਰ 21 ਤੇ ਇਧਰ ਨਵੰਬਰ 23 ਦਸੰਬਰ 22 ਮਕਰ ਦਸੰਬਰ 22 ਜਨਵਰੀ 19 ਦਸੰਬਰ 21 ਫਰਵਰੀ 19 ਕੁੰਭ ਜਨਵਰੀ 2 ਫਰਵਰੀ 18 ਜਨਵਰੀ 21 ਫਰਵਰੀ 19 ਤੇ 12ਵੀਂ ਹੈ ਮੀਨ ਫਰਵਰੀ 19 ਮਾਰਚ 2 ਤੇ ਫਰਵਰੀ 20 ਮਾਰਚ 2 ਨਿਊ ਸਾਊਥ ਵੇਲਸ ਦੇ ਪ੍ਰਕਾਸ਼ਿਤ ਹੁੰਦੇ ਨਾਰਥਰਨ ਸਟਾਰ ਦੇ ਅਨੁਸਾਰ 20 ਅਪ੍ਰੈਲ ਨੂੰ ਪੈਦਾ ਹੋਇਆ ਵਿਅਕਤੀ ਲਿਜ਼ ਮੋਰਵਿਕੇ ਬਿਰਖ ਹੋਏਗਾ ਪਰ ਹੋਰਨਾਂ ਰਸਾਲਿਆਂ ਮੁਤਾਬਕ ਉਹਦੀ ਰਾਸ਼ੀ ਮੇਕ ਹੋਏਗੀ ਵੱਖ-ਵੱਖ ਰਾਸ਼ੀ ਫਲਾਂ ਦੇ ਤਰੀਕਾ ਵੀ ਵੱਖੋ-ਵੱਖਰੀਆਂ ਹਨ ਜਦ ਕਿ ਰਾਸ਼ੀ ਚਿੰਨਾ ਲਈ ਨਾਰਥਰਨ ਸਟਾਰ ਚ ਤਾਰੀਖਾਂ ਬਿਲਕੁਲ ਹੀ ਵੱਖਰੀਆਂ ਇਹ ਤੋਂ ਜ਼ਾਹਰ ਹੁੰਦਾ ਹੈ ਕਿ ਦੋਵਾਂ ਟੇਵਿਆਂ ਚ ਕਿੰਨਾ ਵੱਖਰੇ ਮੈਂ ਜੋਤਿਸ਼ੀ ਲੋਕਾਂ ਦੇ ਅਨਜਾਨ ਪੁਨੇ ਤੋਂ ਕਿਵੇਂ ਨਜਾਇਜ਼ ਫਾਇਦਾ ਉਠਾਉਂਦੇ ਹੈ ਇਹੋ ਸਬੂਤ ਕਾਫੀ ਮਹੱਤਵਪੂਰਨ ਹੈ ਪੰਨਵੀਂ ਗੱਲ ਆਓ ਵੱਖ-ਵੱਖ ਪ੍ਰਕਾਸ਼ਿਤ ਹੁੰਦੀਆਂ ਹਫਤਾਵਾਰੀ ਰਸਾਲਿਆਂ ਚ ਇਸ ਤਰ੍ਹਾਂ ਦੀ ਰਾਸ਼ੀ ਚਿੰਨਾ ਬਾਰੇ ਕੀਤੀਆਂ ਭਵਿੱਖਬਾਣੀਆਂ ਦਾ ਤੁਲਨਾਤਮਕ ਅਧਿਐਨ ਕਰੀਏ ਤਾਂ ਕਿ ਸਾਰੀ ਗੱਲ ਹੋਰ ਵੱਧ ਸਪਸ਼ਟ ਹੋ ਜਾਏ ਤੁਲਾ ਵਿਮਨਸ ਡੇ ਹਫਤਾਵਾਰੀ ਰਸਾਲੇ ਅਨੁਸਾਰ ਕਵਾਰੇ ਅਚਨਚੇਤ ਰੋਮਾਂਟਿਕ ਖਿੱਚ ਪੈਦਾ ਹੋਣ ਤੇ ਹੈਰਾਨ ਰਹਿ ਜਾਣਗੇ ਇੱਕ ਅਣਕਿਆਸੀ ਸਮਾਜੀ ਰਿਸ਼ਤਾ ਤੁਹਾਡੀ ਇੱਛਾ ਅਨੁਸਾਰ ਬਣੇਗਾ ਤੁਹਾਡੀ ਰੁਕੀ ਹੋਈ ਇੱਕ ਯੋਜਨਾ ਸਿਰੇ ਚੜੇਗੀ ਸੰਭਾਵਿਤ ਤੌਰ ਤੇ ਕਿਸੇ ਮਿੱਤਰ ਜਾਂ ਰਿਸ਼ਤੇਦਾਰ ਦੇ ਜ਼ਰੀਏ ਤੁਲਾ ਉਹੀ ਰਾਸ਼ੀ ਨਿਊ ਆਈਡੀਆ ਸਪਤਾਹਿਕ ਮੈਗਜ਼ੀਨ ਅਨੁਸਾਰ ਉੱਦਮ ਕਰਨ ਲਈ ਕੀ ਇਹ ਹਫਤਾ ਸ਼ੁਭ ਹੈ ਤੁਸੀਂ ਆਪਣੀ ਕਿਸਮਤ ਦੇ ਖੁਦ ਮਾਲਕ ਹੋਵੋਗੇ ਤੇ ਭੂਤਕਾਲ ਚ ਵੇਖੇ ਉਤਰਾ ਚੜ੍ਹਾਤੀ ਹਾਰਾਂ ਤੇ ਕਾਬੂ ਪਾ ਲਓਗੇ ਸਮੁੰਦਰ ਜਾਂ ਇਸ ਨਾਲ ਸੰਬੰਧ ਕਿਸੇ ਵਸਤੂ ਨਾਲ ਤੁਹਾਡੀ ਨੇੜਤਾ ਬਣੀ ਰਹੇਗੀ ਆਪਣੀ ਸ਼ਖਸੀਅਤ ਉੱਤੇ ਭਰੋਸਾ ਕਰਕੇ ਕੀਤੇ ਕਾਰਜ ਨੇਪਰੇ ਚੜ੍ਹਨਗੇ ਦੋਵਾਂ ਪੱਖਾਂ ਦਾ ਖਿਆਲ ਰੱਖ ਕੇ ਕੀਤੇ ਬਹਿਸ ਮੁਕਾਬਲੇ 'ਚ ਤੁਹਾਡਾ ਹੱਥ ਉੱਪਰ ਰਹੇਗਾ ਸ਼ੁਭੰਕ ਹਨ 7 23 25 ਤੁਲਾ ਨਵ ਹਫਤਾਵਾਰੀ ਰਸਾਲੇ ਵਿੱਚ ਬੀਤਿਆ ਮਹੀਨਾ ਤੁਹਾਡੇ ਲਈ ਬਹੁਤ ਭੜਾ ਸੀ ਗੰਭੀਰ ਸੋਚ ਵਿਚਾਰ ਕਰਕੇ ਇਹਦੇ ਕਾਰਨ ਤੁਸੀਂ ਲੱਭ ਸਕਦੇ ਹੋ ਜੇ ਕੋ ਤੱਕੀ ਦਾ ਤਿਆਗ ਕਰੋ ਤੇ ਕਮਰ ਕੱਸ ਲਓ ਸਫਲ ਹੋਗੇ ਗ੍ਰਹਿ ਜੂਪੀਟਰ ਤੁਹਾਡੀ ਮਦਦ ਕਰ ਰਿਹਾ ਜੇ ਤੁਸੀਂ ਕਿਸੇ ਕਲੱਬ ਜਾਂ ਗਰੁੱਪ ਦੇ ਮੈਂਬਰ ਬਣਨਾ ਚਾਹੁੰਦੇ ਹੋ ਤਾਂ ਤੁਰੰਤ ਫਾਰਮ ਭਰ ਕੇ ਭੇਜ ਦਿਓ ਤੇ ਯੋਜਨਾ ਬਣਾ ਲਓ ਮੈਂ ਇੱਕੋ ਰਾਸ਼ੀ ਚਿੰਨ ਵਾਲੇ ਵੱਖ-ਵੱਖ ਰਾਸ਼ੀ ਫਲਾਂ ਦਾ ਅਧਿਐਨ ਕਰਨ ਤੋਂ ਬਾਅਦ ਇਹ ਨਤੀਜਾ ਕੱਢਿਆ ਹੈ ਕਿ ਸਭ ਕੁਝ ਵਿਅਕਤੀਗਤ ਵਰਣਨ ਹੀ ਹੈ ਦੂਜੇ ਸ਼ਬਦਾਂ ਵਿੱਚ ਆਖੀਏ ਤਾਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਰਾਸ਼ੀ ਫਲ ਜੰਤਰੀਆਂ ਜਾਣਦੇ ਵੀ ਤਿਆਰ ਕਰਨ ਚ ਕੋਈ ਸਥਾਪਿਤ ਪ੍ਰਣਾਲੀ ਨਹੀਂ ਵਰਤੀ ਜਾਂਦੀ ਸਗੋਂ ਵਿਅਕਤੀਗਤ ਨਿਯਮ ਹੀ ਵਰਤੇ ਜਾਂਦੇ ਹੈ ਇਹ ਭਵਿੱਖਬਾਣੀਆਂ ਕਿਸੇ ਹੋਰ ਕਾਮ ਜਾਂ ਸੱਭਿਆਚਾਰ ਉੱਪਰ ਨਹੀਂ ਟੁਕਦੀਆਂ ਕਿਉਂਕਿ ਇਹਨਾਂ ਨੂੰ ਤਿਆਰ ਕਰਦੇ ਸਮੇਂ ਜੋਤਿਸ਼ੀ ਦੇ ਦਿਮਾਗ ਚ ਉਹੀ ਕੌਮ ਸੱਭਿਆਚਾਰਕ ਵਰਤਨ ਵਾਲੀਆਂ ਘਟਨਾਵਾਂ ਤੇ ਰੁਝਾਨ ਹੁੰਦੇ ਐ ਜਿਨ੍ਹਾਂ ਚੋਂ ਖੁਦ ਰਹਿ ਰਿਆ ਪ੍ਰੋਕਤ ਰਾਸ਼ੀ ਫਲਾਂ ਦਾ ਮੁਲਾਂਕਣ ਕਰਨ ਤੋਂ ਪਤਾ ਲੱਗ ਜਾਂਦਾ ਹੈ ਕਿ ਰਾਸ਼ੀ ਫਲ ਚ ਕਿੰਨਾ ਵਿਰੋਧਾਪਾਸ ਹੈ ਇਹਨਾਂ ਨੂੰ ਤਿਆਰ ਕਰਨ ਵਾਲੇ ਜੋਤਿਸ਼ੀ ਕਿੰਨੀ ਅਨੰਤ ਮੂਰਖਤਾ ਦਾ ਸ਼ਿਕਾਰ ਹੋਏ ਹੁੰਦੇ ਹਨ ਇਹਨਾਂ ਰਾਸ਼ੀ ਫਲਾਂ ਨੂੰ ਪੜਨ ਵਾਲੇ ਵਿਅਕਤੀਆਂ ਦਾ ਗਿਆਨ ਸਿਰਫ ਉਸ ਰਾਸ਼ੀ ਚਿੰਨ੍ਹ ਦੇ ਨਾਮ ਤੱਕ ਹੀ ਸੀਮਤ ਹੁੰਦਾ ਜਿਸ ਵਿੱਚ ਜੰਮੇ ਹੁੰਦੇ ਹਨ ਬਹੁਤ ਸਾਰੇ ਜੋਤਸ਼ੀ ਵੀ ਅਜਗੀਆਂ ਰਾਸ਼ੀ ਫਲਾਂ ਦੀ ਤਰਕ ਸੰਗਤ ਆਲੋਚਨਾ ਨਾਲ ਸਹਿਮਤ ਹੁੰਦੇ ਹਨ ਅਖਬਾਰਾਂ ਰਸਾਲਿਆਂ ਦੇ ਸੰਪਾਦਕ ਤੇ ਰੇਡੀਓ ਟੀਵੀ ਦੇ ਡਾਇਰੈਕਟਰ ਅਜਗੀਆਂ ਭਵਿੱਖ ਬਾਣੀਆਂ ਨੂੰ ਮਨਜ਼ੂਰੀ ਦੇ ਕੇ ਆਪਣੀ ਬੁੱਧੀदाई ਦਿਵਾਲਾ ਕੱਢਦੇ ਹਨ ਜੇ ਉਹਨਾਂ ਕੋਲ ਬੁੱਧੀ ਹੈ ਤਾਂ ਉਹਨ ਜਿਸ ਗੰਦਬੰਦ ਨੂੰ ਲੋਕਾਂ ਉੱਪਰ ਠੋਸ ਕੇ ਉਹਨਾਂ ਤਰਕਸ਼ੀਲ ਦਿਮਾਗਾਂ ਦੀ ਵੀ ਬੇਇੱਜ਼ਤੀ ਕਰਦੇ ਹੈ ਜੋ ਇਹਨੂੰ ਖਤਮ ਕਰਨ 'ਚ ਲੱਗੇ ਹੋਏ ਹੈ ਜਿਉ ਜੋਤਿਸ਼ ਤੇ ਆਜੇ ਕੂੜੇ ਕਰਕਟ ਨੂੰ ਪ੍ਰੋਗਰਾਮਾਂ 'ਚ ਸਮਾਂ ਦਿੰਦੇ ਰਹਿੰਦੇ ਹਨ ਤੇ ਵੱਡੀ ਪੱਧਰ ਤੇ ਲੋਕਾਂ ਦੇ ਦਿਮਾਗਾਂ ਨੂੰ ਦੂਸ਼ਿਤ ਕਰਦੇ ਹਨ ਤਾਂ ਸਾਰੀ ਲਾਹਨਤ ਉਹਨਾਂ ਦੇ ਸਿਰ ਹੀ ਜਾਂਦੀ ਹੈ ਧੰਨਵਾਦ